ਅਸਲਾਮ ਅਲੈਕੁਮ, ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਰਮਜ਼ਾਨ। ਤੁਸੀਂ ਜਾਨੀ ਟੀਵੀ ਸਾਡੇ ਚੈਨਲ ਸਬਸਕ੍ਰਾਈਬ ਕਰੋ ਅਤੇ ਬੈੱਲ ਆਈਕੋਨ ਦਾ ਬਟਨ ਦਬਾਓ ਕਿ ਇਹਦਾ ਆਉਣ ਵਾਲੀ ਵੀਡੀਓ ਤੁਹਾਨੂੰ ਬਾ ਆਸਾਨੀ ਵੀਰਾਂ ਤੀਕਰ ਪਹੁੰਚ ਜਾਵੇ। ਹਰ ਰੋਜ਼ ਤੁਹਾਡਾ ਵੀਰ ਤੁਹਾਡੇ ਵਾਸਤੇ ਵੀਡੀਓ ਲੈ ਕੇ ਹਾਜ਼ਰ ਹੁੰਦਾ। ਹਰ ਰੋਜ਼ ਦੀ ਨਿਸਬਤ ਅੱਜ ਫਿਰ ਤੁਹਾਡਾ ਵੀਰ ਤੁਹਾਡੇ ਵਾਸਤੇ ਵੀਡੀਓ ਲੈ ਕੇ ਹਾਜ਼ਰ ਹੋਇਆ। ਅਗਰ ਮੇਰੀ ਵੀਡੀਓ ਤੁਹਾਨੂੰ ਪਸੰਦ ਆਉਂਦੀ, ਲਾਈਕ ਅਤੇ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਿਆ ਭਾਈ। ਆਪਣੀ ਸੋਚ ਦਾ ਜ਼ਰੂਰ ਇਜ਼ਹਾਰ ਕਰਿਆ ਜੋ ਅਤੇ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਤੁਹਾਨੂੰ ਖਾਵੇ ਮੱਝ ਦੀ ਵੀਡੀਓ। ਮਾਸ਼ਾਅੱਲਾ ਬਹੁਤ ਖੂਬਸੂਰਤ ਮੱਝ ਤੁਹਾਡੇ ਵਾਸਤੇ ਲੈ ਕੇ ਆਏ, ਤੁਹਾਡੇ ਭਰਾਵਾਂ ਵਾਸਤੇ। ਮਾਲਕ ਕਹਿੰਦਾ 2 ਮਹੀਨੇ ਦੀ ਗੱਭਣ ਹੈ, ਮਗਰ ਇਹਦੇ ਕੱਟੀ ਹੈ। ਮਾਸ਼ਾ ਟੋਟਲ ਕਾਲੀ ਸ਼ਾਹ ਮੱਝ ਹੈ ਜੀ, ਤੁਸੀਂ ਦੇਖ ਸਕਦੇ ਜੋ ਜੀ, ਨੀਲੀ ਦੀ ਮੱਝ ਹੈ ਜੀ, ਪਿਓਰ ਨੀਲੀ ਦੀ ਮੱਝ ਹੈ। ਬਰੀਕ ਚਮੜੀ ਦੀ ਪਸ਼ਮ ਵੀ ਹੈ ਜੀ, ਮਾਸ਼ਾਅੱਲਾ ਜੀ। ਟੋਟਲ ਕਾਲੀ ਸ਼ਾਹ ਹੈ, ਮਗਰ ਇਹਦੇ ਕੱਟੀ ਹੈ ਜੀ, ਮਾਸ਼ਾਅੱਲਾ। ਉਹ ਤੁਸੀਂ ਦੇਖ ਹੀ ਰਹੇ ਜੋ ਮੇਰੇ ਕੈਮਰੇ ਦੀ ਨਜ਼ਰ ਹੈ। ਬਾਕੀ ਕਰਾ ਰਹੇ ਨੇ ਤੁਹਾਨੂੰ ਕੈਮਰਾਮੈਨ ਤਸੱਲੀਆਂ, ਜਿੰਨਾ ਦੁੱਧ ਦਿੰਦੀ ਹੈ ਇਹ ਆਪਾਂ ਪੁੱਛਾਂਗੇ ਮਾਲਕ ਤੋਂ। ਘਰ ਦੀ ਮੱਝ ਹੈ ਮਾਲਕ ਦੀ, ਅਤੇ ਇਹਦੇ ਤੋਂ ਪੁੱਛਾਂਗੇ ਦੁੱਧ ਕਿੰਨਾ ਦਿੰਦੀ ਮਾਲਕ ਤੋਂ। ਅਤੇ ਬਾਕੀ ਮਾਸ਼ਾਅੱਲਾ ਦੇ ਪਿੱਛੇ ਕੱਟੀ ਹੈ ਜੀ, ਉਹ ਤੁਸੀਂ ਦੇਖ ਸਕਦੇ ਜੋ। ਬਾਕੀ ਕਰਾਂਗੇ ਆਪਾਂ ਮਾਲਕ ਨਾਲ ਗੱਲਾਂ ਜੀ। ਤੁਸੀਂ ਦੇਖ ਰਹੇ ਜੀ ਮਾਸ਼ਾਅੱਲਾ ਟੋਟਲ ਕਾਲੀ ਸ਼ਾਹ ਮੱਝ ਹੈ ਜੀ। ਸੋਹਣਾ ਸਿੰਘ ਹੈ, ਸੋਹਣਾ ਮੱਥਾ ਹੈ ਜੀ, ਮਾਸ਼ਾਅੱਲਾ ਜੀ ਲੱਗਿਆ ਹੋਇਆ ਜੀ। ਮਾਸ਼ਾਅੱਲਾ ਬਹੁਤ ਖੂਬਸੂਰਤ ਪੁਸ਼ਲ ਥੋੜ੍ਹੀ ਜਿਹੀ ਚਿੱਟੀ ਹੈ ਜੀ, ਉਹ ਤੁਸੀਂ ਦੇਖ ਹੀ ਰਹੇ ਜੋ ਜੀ। ਬਾਕੀ ਮਾਸ਼ਾਅੱਲਾ ਕੱਟੀ ਹੈ ਮਗਰ ਜੀ, 2.5 ਮਹੀਨਿਆਂ ਦੀ। ਮਾਲਕ ਨੇ ਦੁੱਧ ਮਾਸ਼ਾਅੱਲਾ ਛੱਡਿਆ ਜੀ, ਮਾਸ਼ਾਅੱਲਾ 2.5 ਮਹੀਨਿਆਂ ਤੋਂ ਵੀ ਵੱਡੀ ਲੱਗਦੀ ਤੁਹਾਡੀ ਨਜ਼ਰ ਹੈ ਮੇਰੇ ਕੈਮਰੇ ਦੀ। ਮਾਸ਼ਾਅੱਲਾ ਤੁਸੀਂ ਦੇਖ ਹੀ ਰਹੇ ਜੋ ਜੀ, ਮਾਸ਼ਾਅੱਲਾ ਬਹੁਤ ਸੋਹਣੀ ਕੱਟੀ ਹੈ ਜੀ, ਥੋੜ੍ਹੀ ਫੁੱਲੀ ਜੀ ਸਿਰ 'ਤੇ ਜੀ, ਮਾਸ਼ਾਅੱਲਾ ਚਿੱਟੀ ਜੀ, ਮਾਸ਼ਾਅੱਲਾ ਟੋਟਲ ਕਾਲੀ ਸ਼ਾਹ ਕੱਟੀ, ਕਾਲੀ ਅੱਖ ਹੈ ਜੀ ਮਾਸ਼ਾਅੱਲਾ ਜੀ। ਮਾਸ਼ਾਅੱਲਾ ਦੇਖੋ ਜੀ, ਸੋਹਣੀ ਕੱਟੀ ਮਗਰ ਅਤੇ ਟੋਟਲ ਕਾਲੀ ਸ਼ਾਹ ਮੱਝ। ਬਾਕੀ ਕਰਾਂਗੇ ਆਪਾਂ ਮਾਲਕ ਨਾਲ ਗੱਲਾਂ ਜੀ। ਤੁਸੀਂ ਆਪਣੀਆਂ ਤਸੱਲੀਆਂ ਕਰੋ ਜੀ, ਤੁਹਾਡੀਆਂ ਤਸੱਲੀਆਂ ਨਾਲ ਸਾਡੀਆਂ ਤਸੱਲੀਆਂ ਨੇ ਵੀਰ, ਆਪਣੀਆਂ ਤਸੱਲੀਆਂ ਕਰਨ, ਫਿਰ ਇਨਸ਼ਾਅੱਲਾ ਕੋਈ ਰੇਟ ਦੀ ਗੱਲ ਵੀ ਕਰਾਂਗੇ ਜੋ ਸਮਝ ਆਉਂਦੀ। ਮਾਸ਼ਾਅੱਲਾ ਬਹੁਤ ਸੋਹਣੀ ਚਾਚਾ ਜੀ, ਟੋਰ ਕੇ ਵਿਖਾਓ ਨਾ ਥੋੜ੍ਹੀ ਜੀ। ਕੈਮਰਾਮੈਨ ਸਾਹਿਬ ਭਾਈਆਂ ਦੀ ਕਰਾਓ ਤਸੱਲੀਆਂ। ਮਾਸ਼ਾਅੱਲਾ ਸੋਹਣੀ ਝੋਟੀ ਹੈ, ਮਾਸ਼ਾਅੱਲਾ ਪਿਓਰ ਨੀਲੀ ਦੀ ਝੋਟੀ ਹੈ ਜੀ, ਮਾਸ਼ਾਅੱਲਾ ਜੀ। ਬਾਕੀ ਕਰਾਂਗੇ ਆਪਾਂ ਸਾਰੀਆਂ ਮਾਲਕ ਨਾਲ ਗੱਲਾਂ ਜੀ। ਇਹ ਭਾਈ ਜਾਨ ਟੋਰ ਕੇ ਵਿਖਾਓ ਜੀ, ਅਸੀਂ ਲੈ ਕੇ। ਦੇਖ ਰਹੇ ਕੋਈ ਫਰਕ ਨਹੀਂ ਜੀ ਚਾਰੇ ਪੈਰਾਂ 'ਚ ਜੀ, ਮਾਸ਼ਾਅੱਲਾ ਕੋਈ ਹਵਾ ਨਹੀਂ, ਕੋਈ ਕੁਛ ਨਹੀਂ ਜੀ, ਮਾਸ਼ਾਅੱਲਾ ਬਿਲਕੁਲ ਠੀਕ। ਲੈ ਆਓ ਜੀ ਵਾਪਸ। ਦੇਖ ਰਿਹਾ ਜੀ ਮਾਸ਼ਾਅੱਲਾ ਬਹੁਤ ਸੋਹਣੀ ਜੀ। ਆਪਾਂ ਹੁਣ ਕਰਨੇ ਮਾਲਕ ਨਾਲ ਗੱਲਾਂ ਜੀ ਕਿ ਕੀ ਇਹਦਾ ਰੇਟ ਕਰਦੇ ਨੇ, ਕੀ ਇਹਦਾ ਲੈ ਲੈਣਾ ਰੇਟ ਭਾਈ ਨੇ। ਅਤੇ ਚਵਾਈ ਬਹੁਤ ਸੋਹਣੀ ਹੈ ਜੀ ਮਾਸ਼ਾਅੱਲਾ, ਥਣਾਂ 'ਚ ਵਿਰਲ ਬੜਾ ਜੀ, ਮੇਰੇ ਕੈਮਰੇ ਦੀ ਨਜ਼ਰ ਹੈ ਜੀ ਮਾਸ਼ਾਅੱਲਾ। ਥਣਾਂ 'ਚ ਵਿਰਲ ਪੂਰਾ ਮਾਸ਼ਾਅੱਲਾ, ਸੋਹਣਾ ਥਣ ਲੱਗਿਆ ਹੋਇਆ ਮੱਝ ਨੂੰ ਜੀ। ਆ ਜਾਓ ਚਾਚਾ ਜੀ ਇੱਧਰ। ਕੀ ਨਾਮ ਹੈ? ਠੀਕ ਚਾਚਾ ਖਲੀਲ? ਬਿਲਕੁਲ ਠੀਕ ਤੇ ਚਾਚਾ ਖਲੀਲ ਆਪਣੇ ਘਰ ਦੀ ਮਾਂ ਜੀ? ਘਰ ਦੀ। ਤੇ ਇਹ ਸੂਈ ਨੂੰ ਕਿੰਨੀ ਦੇਰ ਹੋ ਗਈ? 2-2.5 ਮਹੀਨੇ ਹੋ ਗਏ। 2-2.5 ਮਹੀਨੇ ਹੋ ਗਏ। ਅਤੇ ਥੋੜ੍ਹਾ ਉੱਚੀ ਬੋਲਣਾ, ਮੇਰੇ ਕੈਮਰਾਮੈਨ ਤੁਹਾਨੂੰ ਦੇਖ ਰਹੇ ਨੇ, ਮੇਰੇ ਦੋਸਤ ਵੇਖ ਰਹੇ ਨੇ, ਅਤੇ ਤੁਸੀਂ ਥੋੜ੍ਹਾ ਉੱਚੀ ਬੋਲਣਾ, ਕਿਹੜੇ ਉਹਨਾਂ ਦੀ ਸਮਝ ਆਵੇ। ਠੀਕ ਹੈ। ਅਤੇ ਕਿੰਨੇ ਮਹੀਨੇ ਦੀ ਕੱਟੀ? 2-2.5 ਮਹੀਨੇ? 2-2.5 ਮਹੀਨੇ ਨਹੀਂ, 2-2.5 ਮਹੀਨੇ। 2-2.5 ਮਹੀਨੇ।
ਤੇ ਇਹਨੂੰ ਦੁੱਧ ਕਿੰਨਾ ਛੱਡਦੇ ਜੀ? ਦੁੱਧ ਪਹਿਲਾਂ ਹੀ 2-2 ਸਥਾਨ ਛੱਡਦੇ ਰਹੇ ਜਨਾਬ। ਅੱਛਾ, ਫਿਰ ਡੇਢ ਕਰ ਦਿੱਤਾ ਪਿਛਲੇ ਕਿ ਅਗਲੇ ਜੀ? ਅਗਲੇ ਜਨਾਬ। ਅੱਛਾ, ਪਹਿਲਾਂ ਪਿਛਲੇ ਤਾਂ ਅਗਲਾ ਇੱਕ ਛੱਡਦੇ ਜਨਾਬ। ਅੱਛਾ ਅੱਛਾ ਜੀ, ਫਿਰ ਅਸੀਂ ਅਗਲਾ ਕਰ ਦਿੱਤਾ ਜੀ 2 ਵਜੇ। ਸਹੀ ਜੀ, ਤੇ ਹੁਣ ਅਸੀਂ 1.5 ਤੋਂ 1 ਕੀਤਾ ਹੈ। ਅੱਛਾ, ਤੇ ਦੁੱਧ ਦਿੰਦੀ ਕਿੰਨੀ ਕੱਟੀ ਨੂੰ ਛੱਡ ਕੇ? ਬੱਚੇ ਨੂੰ ਚੁਗਾ ਕੇ ਜਨਾਬ ਅਸੀਂ 8 ਕਿਲੋ ਲੈ ਰਹੇ ਹਾਂ, 4 ਕਿਲੋ ਸਵੇਰ 4 ਤੇ ਗੜੀਆਂ ਮਾਰ ਕੇ ਦਿਓਗੇ? ਕੋਈ ਭਾਈ ਸਾਡਾ ਲੈਣਾ ਚਾਹੁੰਦਾ ਹੋਵੇ ਉਹਨਾਂ ਨੂੰ ਗੜੀਆਂ ਮਾਰ ਕੇ ਦੇਣਾ ਆਪਾਂ ਦੁੱਧ ਜੀ? ਗੜੀਆਂ ਮਾਰ, 2 ਟਾਈਮਾਂ ਦਾ 8 ਕਿਲੋ ਦੁੱਧ ਜੀ ਜੀ, 1 ਟਾਈਮ ਦਾ 4 ਕਿਲੋ ਹਾਂਜੀ, ਕੱਟੀ ਨੂੰ ਛੱਡ ਕੇ ਜੀ ਜੀ। ਤੇ ਆਪਣਾ ਦੂਸਰੀ ਗੱਲ ਇਹ ਹੈਗੀ ਚਾਚਾ ਜੀ ਕਿ ਇਹਦਾ ਰੇਟ ਕੀ ਕਰਦੇ ਜੀ? ਰੇਟ ਅਸੀਂ 2 ਮੰਗਦੇ ਪਏ ਜੀ। ਰੇਟ ਦੀ ਕੋਈ ਕਮੀ ਪੇਸ਼ੀ ਕਰਿਆ ਜੀ? 2 ਤਾਂ ਬਹੁਤ ਹੈ। ਠੀਕ ਹੈ ਜਨਾਬ, ਜਿਵੇਂ ਤੁਸੀਂ ਕਹੋ ਜੀ ਉਦਾਂ ਹੀ ਕਰ ਲਾਂਗੇ, ਕੋਈ ਰੌਲਾ ਨਹੀਂ। ਤੁਸੀਂ ਵਪਾਰੀ ਲਿਆਓ ਜੀ। ਜੀ, ਅਸੀਂ ਵਪਾਰੀ ਆਵਣ ਜਾਂ ਜੋ ਵੀ ਆਵੇ ਆਪਣੇ ਘਰ ਦੀ ਇਹ ਜਿਹੜੀ ਜਿੰਨੇ ਕਿਸੇ ਦੇ ਸਮਝ ਚ ਆਈ ਉਹਨਾਂ ਨੇ ਉਹ ਹਿਸਾਬ ਨਾਲ ਯਾਨੀ ਪਾਣਾ ਨੇ, ਤੇ ਬਾਕੀ ਦੇਖ ਹੀ ਰਹੇ ਨੇ, ਬਾਕੀ ਜਿਹੜਾ ਵਪਾਰੀ ਦੇ ਸਾਹਮਣੇ ਹੋ ਜਾਣਾ ਜੀ ਜੋ ਵੀ। ਹਾਂਜੀ, ਚਲੋ ਠੀਕ ਹੋ ਗਿਆ ਜੀ। ਤੇ ਮਾਲ ਦਾ ਹੀ ਮੁੱਲ ਹੋਣਾ ਜੀ? ਬਿਲਕੁਲ ਜੀ, ਮਾਲ ਦਾ ਹੀ ਮੁੱਲ ਹੋਣਾ। ਤੇ ਆਦੇ ਪ੍ਰਾਣ ਦਿਓ ਜਾਸ ਜੀ, ਇਨਸ਼ਾਅੱਲਾ ਅਗਲੀ ਵੀਡੀਓ ਨਾਲ ਤੁਹਾਡਾ ਭਰਾ ਹੋਵੇਗਾ ਤੁਹਾਡੇ ਨਾਲ ਹਾਜ਼ਰ। ਰੇਟ ਵੀ ਤੁਸੀਂ ਸੁਣ ਲਿਆ ਜੀ ਅੰਕਲ ਕੋਲੋਂ, ਰੇਟ ਕੀ ਦੇ ਰਿਹਾ ਸੀ। ਤੇ ਬਾਕੀ ਸਾਡਾ ਫੋਨ ਨੰਬਰ ਹੈ 0308-4970-147, ਜਿਹੜਾ ਭਰਾ ਸਾਡੇ ਨਾਲ ਜੁੜ ਰਿਹਾ ਨਵਾਂ, ਉਹ ਸਾਡੇ ਚੈਨਲ ਸਬਸਕ੍ਰਾਈਬ ਕਰੇ ਅਤੇ ਬੈੱਲ ਆਈਕੋਨ ਦਾ ਬਟਨ ਦਬਾਵੇ, ਕਹਿੰਦਾ ਕਿ ਆਉਣ ਵਾਲੀ ਵੀਡੀਓ ਤੋਂ ਭਰਾਵਾਂ ਤੀਕਰ ਬਾ ਆਸਾਨੀ ਵੀਰਾਂ ਤੀਕਰ ਪਹੁੰਚ ਜਾਵੇ। ਅਤੇ ਆਪਦੇ ਭਰਾ ਨੂੰ ਦਿਓ ਇਜਾਜ਼ਤ, ਅਗਲੀ ਵੀਡੀਓ ਨਾਲ ਇਨਸ਼ਾਅੱਲਾ ਤੁਹਾਡੇ ਨਾਲ ਫਿਰ ਮਿਲਾਂਗੇ। ਇਸ ਵੀਡੀਓ ਨਾਲ ਆਪਦੇ ਭਰਾ ਨੂੰ ਦਿਓ ਇਜਾਜ਼ਤ, ਅੱਲਾ ਨਿਗਹਿਬਾਨ।